वाहेगुरु जी का खालसा वाहेगुरु जी की फतेह। तो हाडे सब दा अपने YouTube चैनल क्लासिक सरदार अर्बन अकैडमी ते स्वागत है जी। अज असीं तुहाडे लई सिद्धू मूसे वीर वर्गी दस्तार दी वीडियो लैके हाजिर होए आ। वीडियो नूं एंड तक जरूर देखियो तां कि नैक्सट टाइम तुसीं भी सेम तरीके नाल दस्तार सजा सको। पहला लड़ सिर दे सेंटर विचों लिआंदे होए हल्के हल्के वट पा के पहला लड़ लगावांगे, जो अपना आईब्रो आ बिल्कुल ओहदे उपरों लड़ नूं लिआंदे होए हल्का जिहा टेढ़ा करके पहला लड़ लगावांगे अते अख ते अद्धी गल ढक के तां कि लड़ अपनी जगह तों ना खिसके। हुण आपां आप घुमांगे, पूनी नूं नहीं घुमाउणा। कई बार की हुंदा पूनी घुमांदे समय अपनी पूनी भी खराब हो सकदी आ। पिछले पासिओं पूनी नूं हल्का जिहा उंगली दी मदद नाल अंदर नूं फोल्ड कर देवांगे। हुण जो आपां सिर दे सेंटर विचों पहला लड़ लगाया सी बिल्कुल ओहदे उपर रख के हुण आपां दूसरा लड़ लगावांगे तां कि अपनी पिछले पासिओं भी पटियाला शाही शेप आ जावे। हुण जो आपां दूसरा लड़ लगा रहे हां, दूसरा लड़ कन्न तों उपर ਤੇ ਹਲਕੇ ਹਲਕੇ ਵੱਟ ਪਾ ਕੇ ਦੂਸਰਾ ਲੜ ਲਗਾਵਾਂਗੇ। ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਹੀ ਰਹੇ ਹੋ, ਹਲਕੇ ਹਲਕੇ ਵੱਟ ਬਣਾਉਂਦੇ ਹੋਏ ਉਂਗਲੀ ਅਤੇ ਅੰਗੂਠੇ ਦੇ ਸੈਂਟਰ ਵਿੱਚ ਜੋ ਗੈਪ ਹੁੰਦਾ ਆ ਸੇਮ ਉਸੇ ਜਗ੍ਹਾ ਦੂਸਰਾ ਲੜ ਰੱਖ ਕੇ ਨੀਚੋਂ ਲੈ ਕੇ ਉੱਪਰ ਤੱਕ ਚੰਗੀ ਤਰ੍ਹਾਂ ਇਕੱਠੇ ਕਰ ਦੇਵਾਂਗੇ ਤਾਂ ਕਿ ਆਪਣੇ ਆਪ ਦੂਸਰੇ ਲੜ ਵਿੱਚ ਵੱਟ ਬਣ ਜਾਵੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ। ਜੇਕਰ ਤੁਹਾਡੇ ਵੱਟ ਹਲਕੇ ਹਲਕੇ ਘੱਟ ਪਏ ਨੇ, ਤੁਸੀਂ ਜ਼ਿਆਦਾ ਕਰਨਾ ਚਾਹੁੰਦੇ ਹੋ, ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਨੀਚੇ ਉੱਪਰ ਕੱਪੜੇ ਨੂੰ ਕਰਕੇ ਤੁਸੀਂ ਵੱਟ ਜ਼ਿਆਦਾ ਬਣਾ ਸਕਦੇ ਹੋ। ਆਪਣੀ ਦਸਤਾਰ ਦੀ ਲੈਂਥ 5.5 meters ਆ ਜੀ ਕਲੋਥ ਫੁੱਲ ਪਹਿਲਾ। ਵੀਡੀਓ ਤੁਹਾਨੂੰ ਸਭ ਨੂੰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਨਾਲੋਂ ਨਾਲ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਇਆ ਕਰੇ। ਤੀਸਰਾ ਲੜ ਲਗਾਉਣ ਤੋਂ ਪਹਿਲਾਂ ਪੂਣੀ ਦਾ ਮੋਟਾ ਪਾਸਾ ਉੱਪਰ ਅਤੇ ਜੋ ਖੁੱਲ੍ਹੇ ਕਿਨਾਰੇ ਆ ਨੀਚੇ ਇੱਕ ਕਿਨਾਰਾ ਬਿਲਕੁਲ ਸੈਂਟਰ ਵਿੱਚ ਰੱਖਾਂਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਹੁਣੇ ਵੇਖਿਆ ਆ। ਜੋ ਆਪਾਂ ਪਿਛਲੇ ਪਾਸੇ ਦੂਸਰਾ ਲੜ ਲਗਾਇਆ ਸੀ ਉਸ ਤੋਂ ਥੋੜ੍ਹਾ ਜਿਹਾ ਨੀਚੇ ਕਰਕੇ ਤੀਸਰਾ ਲੜ ਲਗਾਵਾਂਗੇ ਤਾਂ ਕਿ ਆਪਣੀ ਪਿਛਲੇ ਪਾਸਿਓਂ ਪੱਗ ਦੀ ਸ਼ੇਪ ਪਟਿਆਲਾ ਸ਼ਾਹੀ ਆ ਜਾਵੇ। ਪਤਲਾ ਪਾਸਾ ਜਿੰਨਾ ਨੀਚੇ ਨੂੰ ਤੁਸੀਂ ਖਿੱਚ ਸਕਦੇ ਹੋ ਖਿੱਚਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਕਿ ਹੁਣ ਆਪਾਂ ਜਦੋਂ ਤੀਸਰੇ ਲੜ ਵਿੱਚ ਵੱਟ ਬਣਾਵਾਂਗੇ ਆਸਾਨੀ ਨਾਲ ਵੱਟ ਬਣਾ ਸਕਦੇ ਹਾਂ। ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਤੀਸਰੇ ਲੜ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਉਂਗਲੀ ਅਤੇ ਅੰਗੂਠੇ ਦੇ ਸੈਂਟਰ ਵਿੱਚ ਜੋ ਗੈਪ ਹੁੰਦਾ ਹੈ ਬਿਲਕੁਲ ਉਸ ਜਗ੍ਹਾ ਤੀਸਰੇ ਲੜੇ ਨੂੰ ਰੱਖ ਕੇ ਨੀਚੋਂ ਲੈ ਕੇ ਉੱਪਰ ਤੱਕ ਚੰਗੀ ਤਰ੍ਹਾਂ ਇਕੱਠੇ ਕਰ ਦੇਵਾਂਗੇ, ਮਤਲਬ ਤੈਅ ਲਗਾ ਦੇਵਾਂਗੇ ਤਾਂ ਕਿ ਆਪਾਂ ਤੀਸਰੇ ਲੜ ਵਿੱਚ ਆਸਾਨੀ ਨਾਲ ਵੱਟ ਬਣਾ ਸਕੀਏ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ। ਆਸਾਨੀ ਨਾਲ ਵੱਟ ਆਪਾਂ ਕਿਵੇਂ ਬਣਾਏ ਨੇ, ਜੇਕਰ ਤੁਹਾਡੇ ਲੜ ਵਿੱਚ ਵੱਟ ਘੱਟ ਨੇ ਤੁਸੀਂ ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਹਲਕਾ ਹਲਕਾ ਤੀਸਰੇ ਲੜ ਨੂੰ ਨੀਚੇ ਉੱਪਰ ਨੂੰ ਖਿੱਚ ਕੇ ਵੱਟ ਜ਼ਿਆਦਾ ਕਰ ਸਕਦੇ ਹੋ। ਸੇਮ ਇਸੇ ਤਰੀਕੇ ਨਾਲ ਆਪਾਂ ਸਿੱਧੂ ਮੂਸੇ ਵੀਰੇ ਵਰਗੀ ਦਸਤਾਰ ਸਜਾ ਰਹੇ ਹਾਂ, ਉਹਨਾਂ ਦੀ ਦਸਤਾਰ ਵਿੱਚ ਜ਼ਿਆਦਾ ਵੱਟ ਨਹੀਂ ਹੁੰਦੇ, ਹਲਕੇ ਹਲਕੇ ਵੱਟ ਹੁੰਦੇ ਆ। ਸੋ ਇਸ ਕਰਕੇ ਆਪਾਂ ਵੀ ਦਸਤਾਰ ਵਿੱਚ ਜ਼ਿਆਦਾ ਵੱਟ ਨਹੀਂ ਬਣਾਵਾਂਗੇ। ਹੁਣ ਆਪਣੀ ਦਸਤਾਰ ਵਿੱਚ ਹਲਕੇ ਹਲਕੇ ਵੱਟ ਢਿੱਲੇ ਨੇ, ਉਹਨਾਂ ਉੱਪਰ ਆਪਾਂ ਬਾਜ ਫੇਰ ਕੇ ਹਲਕੇ ਹਲਕੇ ਵੱਟ ਟਾਈਟ ਕਰ ਸਕਦੇ ਹਾਂ। ਵੀਡੀਓ ਵਿੱਚ ਕੁਛ ਵੀ ਤੁਹਾਨੂੰ ਨਾ ਸਮਝ ਲੱਗੇ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਪੁੱਛੋ, ਅਸੀਂ ਤੁਹਾਡੀ ਹੈਲਪ ਜ਼ਰੂਰ ਕਰਾਂਗੇ। ਹੋਰ ਜ਼ਿਆਦਾ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ ਦੀ ID ਦਾ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਜੀ, ਤੁਸੀਂ ਜ਼ਰੂਰ ਚੈੱਕ ਕਰਿਓ। ਸਾਡੀ ਹੱਥਾਂ ਦੀ ਪੋਜੀਸ਼ਨ 'ਤੇ ਖਾਸ ਧਿਆਨ ਰੱਖਿਓ ਜੀ, ਅਸੀਂ ਕਿਵੇਂ ਹਰੇਕ ਲੜ ਲਗਾ ਰਹੇ ਹਾਂ ਤਾਂ ਕਿ ਨੈਕਸਟ ਟਾਈਮ ਤੁਹਾਨੂੰ ਬੈਨੀਫਿਟ ਜ਼ਰੂਰ ਹੋਵੇ। ਕਈ ਵੀਰਾਂ ਨੂੰ ਵੱਟ ਪਾਉਣ ਵਿੱਚ ਬਹੁਤ ਮੁਸ਼ਕਿਲ ਆਉਂਦੀ ਆ, ਜੇਕਰ ਤੁਸੀਂ ਸਾਡਾ ਇਹ ਤਰੀਕਾ ਚੰਗੀ ਤਰ੍ਹਾਂ ਸਮਝ ਲਿਆ ਤੁਸੀਂ ਨੈਕਸਟ ਟਾਈਮ ਆਸਾਨੀ ਨਾਲ ਵੱਟ ਬਣਾ ਸਕਦੇ ਹਾਂ। ਹੁਣ ਆਪਾਂ ਚੌਥਾ ਲੜ ਲਗਾਵਾਂਗੇ। ਚੌਥਾ ਲੜ ਲਗਾਉਣ ਤੋਂ ਪਹਿਲਾਂ ਪੂਣੀ ਦਾ ਮੋਟਾ ਪਾਸਾ ਉੱਪਰ ਰੱਖਾਂਗੇ ਅਤੇ ਪਤਲਾ ਪਾਸਾ ਨੀਚੇ। ਬੈਕ ਸਾਈਡ 'ਤੇ ਜੋ ਆਪਾਂ ਤੀਸਰਾ ਲੜ ਲਗਾਇਆ ਸੀ ਉਸ ਤੋਂ ਥੋੜ੍ਹਾ ਜਿਹਾ ਨੀਚੇ ਕਰਕੇ ਚੌਥਾ ਲੜ ਲਗਾਵਾਂਗੇ। ਪੂਣੀ ਦਾ ਜੋ ਪਤਲਾ ਪਾਸਾ ਆ ਜਿੰਨਾ ਆਪਾਂ ਉਹਨੂੰ ਨੀਚੇ ਖਿੱਚਾਂਗੇ ਉਨਾ ਹੀ ਆਪਾਂ ਨੂੰ ਬੈਨੀਫਿਟ ਹੋਵੇਗਾ। ਉਂਗਲੀਆਂ ਦੀ ਮਦਦ ਨਾਲ ਆਪਣੇ ਉੱਪਰਲੇ ਲੜਾਂ ਦੀ ਵੀ ਚੰਗੀ ਤਰ੍ਹਾਂ ਸਫਾਈ ਕਰਦੇ ਰਹਿਣਾ ਜ਼ਰੂਰੀ ਆ ਤਾਂ ਕਿ ਜਿੰਨੀ ਤੁਸੀਂ ਸਫਾਈ ਕਰੋਗੇ ਉਨੀ ਹੀ ਤੁਹਾਡੀ ਪੱਗ ਦੇਖਣ ਨੂੰ ਵੀ ਸੋਹਣੀ ਲੱਗੇਗੀ। ਇਸ ਗੱਲ ਦਾ ਖਾਸ ਧਿਆਨ ਰੱਖਿਓ ਜੀ, ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਨੀਚੋਂ ਲੈ ਕੇ ਉੱਪਰ ਤੱਕ ਚੰਗੀ ਤਰ੍ਹਾਂ ਵੱਟ ਬਣਾ ਕੇ ਉਂਗਲੀ ਅਤੇ ਅੰਗੂਠੇ ਦੇ ਸੈਂਟਰ ਵਿੱਚ ਜੋ ਜਗ੍ਹਾ ਹੁੰਦੀ ਆ ਬਿਲਕੁਲ ਉਹਦੇ ਉੱਪਰ ਚੌਥਾ ਲੜ ਰੱਖ ਕੇ ਨੀਚੋਂ ਲੈ ਕੇ ਉੱਪਰ ਤੱਕ ਚੰਗੀ ਤਰ੍ਹਾਂ ਤਹਿ ਲਗਾ ਦਾਂਗੇ। ਤੁਸੀਂ ਹੋਰ ਵੀ ਕਿਸੇ ਵੀ ਸਟਾਈਲ ਦੀ ਪੱਗ ਬੰਨਣੀ ਸਿੱਖਣਾ ਚਾਹੁੰਦੇ ਹੋ ਤਾਂ ਸੇਮ ਇਸੇ ਤਰੀਕੇ ਨਾਲ ਫੁੱਲ ਡਿਟੇਲ ਵਿੱਚ ਤੁਸੀਂ ਸਾਡੇ ਇਸੇ ਯੂਟਿਊਬ ਚੈਨਲ 'ਤੇ ਆ ਕੇ ਡਿਟੇਲ ਵਿੱਚ ਪੱਗ ਬੰਨਣੀ ਸਿੱਖ ਸਕਦੇ ਹੋ। ਵੀਡੀਓ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰ ਦਿਓ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਡੇ ਨਾਲ ਨਾਲ ਹੋਰ ਵੀ ਕਈ ਵੀਰ ਇਸ ਵੀਡੀਓ ਨੂੰ ਦੇਖ ਕੇ ਸੋਹਣੀ ਦਸਤਾਰ ਸਜਾ ਸਕਣ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ। ਵੀਡੀਓ ਬਣਾਉਣ ਵਿੱਚ ਮਿਹਨਤ ਬਹੁਤ ਲੱਗਦੀ ਆ ਜੀ, ਮੈਂ ਵੀਡੀਓ ਇਸ ਕਰਕੇ ਬਣਾਉਂਦਾ ਹਾਂ, ਮੇਰੇ ਜਿੰਨੇ ਵੀ ਵੀਰਾਂ ਨੂੰ ਪੱਗ ਬੰਨਣ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਮੈਂ ਵੀਡੀਓ ਥਰੂ ਉਹਨਾਂ ਦੀ ਪ੍ਰੋਬਲਮ ਸੋਲਵ ਕਰ ਸਕਾਂ। ਹੁਣ ਆਪਾਂ 5ਵਾਂ ਲੜ ਲਗਾਵਾਂਗੇ। 5ਵਾਂ ਲੜ ਲਗਾਉਣ ਤੋਂ ਪਹਿਲਾਂ ਪੂਣੀ ਦਾ ਮੋਟਾ ਪਾਸਾ ਉੱਪਰ, ਜੋ ਪੂਣੀ ਦੇ ਖੁੱਲ੍ਹੇ ਕਿਨਾਰੇ ਆ ਉਹ ਨੀਚੇ ਰੱਖਾਂਗੇ। ਹੁਣ ਜੋ ਆਪਾਂ ਬੈਕ ਸਾਈਡ ਤੋਂ ਚੌਥਾ ਲੜ ਲਗਾਇਆ ਸੀ ਉਸ ਤੋਂ ਥੋੜ੍ਹਾ ਜਿਹਾ ਨੀਚੇ ਕਰਕੇ 5ਵਾਂ ਲੜ ਲਗਾਵਾਂਗੇ। ਹੁਣ ਆਪਾਂ 5ਵੇਂ ਲੜ ਵਿੱਚ ਵੱਟ ਨਹੀਂ ਪਾਵਾਂਗੇ, ਬਿਲਕੁਲ ਪਲੇਨ ਕਰਕੇ 5ਵਾਂ ਲੜ ਲਗਾਵਾਂਗੇ, ਕਿਉਂਕਿ ਸਿੱਧੂ ਮੂਸੇਵਾਲਾ ਵੀਰ ਜਦੋਂ ਦਸਤਾਰ ਬੰਨਦਾ ਆ ਉਹਨਾਂ ਦੀ ਪੱਗ ਵਿੱਚ ਆਖਰੀ 5ਵਾਂ ਲੜ ਪਲੇਨ ਕਰਕੇ ਲਗਾਇਆ ਹੁੰਦਾ ਆ। ਸੋ ਇਸ ਕਰਕੇ ਆਪਾਂ ਵੀ ਬਿਲਕੁਲ ਪਲੇਨ ਕਰਕੇ 5ਵਾਂ ਲੜ ਲਗਾਵਾਂਗੇ।
हुण आपां पंजवें लड़े नूं हल्का जिहा अंदर नूं फोल्ड करन तों बाद अंगूठे दी मदद नाल इक वार फिर अंदर नूं फोल्ड करांगे तां कि अपना पंजवां लड़ चंगी तरह फोल्ड हो जावे, जिवें कि तुसीं वीडियो विच देख ही रहे हो। सेम इसी तरीके नाल स्टार्टिंग ते पग बन्नन तो पहला जो आपां लड़ मूंह विच रख्या सी हुण उहनूं आपां अपनी पग दे पिछले पासे उंगलियां दी मदद नाल टाइट करके चंगी तरह टंग दांगे तां कि अपनी पग दा कोई भी लड़ खुले ना ते आपां बिना किसी टेंशन तो अपनी पग दी चंगी तरह सफाई कर सकते हां। हुण आपां आखरी लड़ लकावांगे। इस गल का खास ध्यान रखियो जी, ज़्यादातर आप जो सिद्धू मूसे वाले बीर की फोटो देखी दी आ उन्हां दी फोटो विच दस्तार दा आखिरी लड़ बिल्कुल प्लेन करके लगाया हुंदा आ। सो इस करके आप भी बिल्कुल प्लेन करके लगावांगे, जिवें कि तुसीं वीडियो विच देख रहे हो। सेम इसी तरीके नाल वीडियो तुहानू सब नू किवें दी लगी कमेंट करके जरूर दस्सियो जी। वीडियो विच कुछ भी तुहानू ना समझ लगे तुसीं सानू नालों नाल कमेंट करके जरूर पुछिया करो जी, असीं तुहाडा रिप्लाई जरूर करांगे। मेरे जिन्ने भी वीर इस वीडियो नू देख रहे ने सारे वीरां नू रिक्वेस्ट आ जी, वीडियो वधिया लगे तां शेयर जरूर कर दिया करो तां कि मेरे जिन्ने भी वीरां नू दस्तार सजाउण विच कोई प्रॉब्लम आंदी आ इस वीडियो नू देख के उन्हां दी प्रॉब्लम दूर हो जावे। हुण आपां बैक साइड तो अपने सिर नू चंगी तरह कवर करांगे। सिर नू कवर करन वास्ते जो आपां सेंटर विचों पहला लड़ लै के आए सी उहनूं दोवें हत्थां दी मदद नाल हल्का जिहा उपर नू खिंच के चंगी तरह खोल लवांगे। जो पूनी के खुले किनारे होंगे उन्होंने आप एक साइड पर रखांगे, बंद किनारे नू एक साइड, जिवें कि तुसीं वीडियो विच देख रहे हो। हुण आप बाजरी वरतों नाल जिन्ना भी एक्सट्रा कपड़ा बचिया आ उन्होंने आप अपनी पग के अंदर कर दांगे तां कि अपनी पग चंगी तरह बैक साइड तो कवर हो जाए। सिर नू कवर करते हुए असी तुहानू एक गल दसी सीगी, पूनी के खुले किनारे एक साइड पर रखने आ ते बंद किनारा एक साइड पर। शायद तुसीं नोटिस किया होवे इस नाल की हुंदा है, जो आप पग के नीचे कोई भी बेस बनिया हुंदा है ब्लैक कलर का वाइट कलर का वह नहीं दिखता क्योंकि कपड़ा डबल हो जाता है। कई वीर की करते हैं पग न पिछों कवर करते हुए चंगी तरह कपड़े को खोल देंगे जो कि सिंगल हो जाता पूरा, जिस नाल की होंगे जो उन्होंने पूरी दस्तार कंप्लीट हो जाती है, जो उन्होंने नीचे बेस बनया हों वैसे ही दिखता हों कि कलर का उन्होंने नीचे बेस बनया है, जिमें कि असी तुहानू वीडियो विच करके दिखाया है। जेकर तुसी इस तरह करोगे तो बैकसाइड तो कोई पता नहीं लगेगा कि तुसी नीचे किस कलर का बेस बनया है, जिमें कि तुसी वीडियो विच देख रहे हो। हुण अपनी पग का जो आखिरी लड़ बच गया उन्होंने चंगी तरह खोल के एक किनारे अंदर नू तह लगा के फिर दूसरे किनारे अंदर नू तह लगा के चंगी तरह खिंच के टाइट करके अपनी उंगलियों की मदद नाल आप अपनी पग के पिछे चंगी तरह टंग देंगे तां कि अपनी पग हो जाए कंप्लीट। मिलते हैं जी अगली वीडियो में। वाहेगुरू जी का खालसा, वाहेगुरू जी की फतेह।